हाँ जी कौन है? भाई तुसी रॉन्ग नंबर ते कॉल कीती है। असी लोन दिने हैं, कोई बकरे बच्चे नहीं बेचते। मतलब ये कि 10,000 का 1,00,000 रुपया देता, किसी ने 1,00,000 दिता तो उन्होंने 5,00,000 देता है। हाँ जी मेहरबानी करो। पागल। अस्सलाम वालेकुम। वालेकुम सलाम। ये तुसा लोन देन दे हो? हाँ जी असी लोन दिने हैं, किसी ने 10,000 दिता है ना तो उन्होंने असी 1,00,000 रुपया देवांगे। ठीक है, तो जे किसी ने 1,00,000 दिता है तो उन्होंने असी 5,00,000 देंगे। हाँ जी यानी कि पहले जेड़े 1,00,000 दे सी उन 5,00,000 उन 5,00,000 मिलेगा, तो जेड़ा 10,000 देगा उन 1,00,000 रुपया मिलेगा। मैडम साहब गल तो थोड़ी बड़ी 1,00,000 रुपए दी है। जी भाई ठीक है ना, सोनी गल करें दे खले हो। हाँ ये अगर साडे को मसला ना होवे 10,000 तो मोड़ इने नहीं वे देंदे। फिर मेहरबानी करो फिर जाओ यार, अपन नौकरियां तो वेले बने तो पैसा ना लोन मिलता है, कम से कम 10,000 तो होना चाहिए। 10,000 मेरे को वदा है। अच्छा लेकिन कई बला ला पीजा सी वे कारोबार तो है कोई। ओ गल ए ते तेरी ठीक है, दा कि तई होर लोड़ ला लवे तो लोन दे दे ना मोड़। ਵੇਖ ਲੋ ਜਿਵੇਂ ਤੁਹਾਨੂੰ ਚੰਗਾ ਲੱਗਦਾ, ਲੇਕਿਨ ਲੋਨ ਦੇ ਬਹੁਤ ਫਾਇਦੇ ਨੇ। 10,000 ਦਾ 1,00,000 ਰੁਪਏ ਬਣਾ ਕੇ ਅਸੀਂ ਤੁਹਾਨੂੰ ਦੇਣਾ। 10,000 ਰੁਪਏ ਦਾ 1,00,000? 1,00,000। ਅੱਛਾ ਹਾਂਜੀ, ਤੁਹਾਨੂੰ ਹੋਰ ਨਹੀਂ ਦੇਣੇ ਪੈਣੇ ਪੈਸੇ। ਮੈਨੂੰ ਹੋਰ ਕੀ ਚਾਹੀਦਾ? ਅੱਛਾ ਮੈਂ ਕਹਿੰਦਾ ਕੋਈ ਸਿਰਫ 10,000 ਰੱਖੀ। ਸੁਣੋ ਭਾਈ ਗੱਲ ਸੁਣੋ, ਅਕਲ ਨੂੰ ਹੱਥ ਮਾਰੋ। ਇਹ ਨਾ 5,00,000 ਦਾ ਨਾਂ ਲੈਣਾ ਸੌਖਾ ਹੈ। ਠੀਕ ਹੈ ਨਾ, 1,00,000 ਦਾ ਤੁਹਾਨੂੰ 5,00,000 4,00,000 ਰੁਪਿਆ ਤੁਹਾਨੂੰ ਐਕਸਟਰਾ ਮਿਲ ਰਿਹਾ। ਅੱਛਾ ਕੀ ਹੈ ਕਮਲਾ ਹੋਇਆ ਖਾਣਾ, 10,000 ਦਾ 1,00,000 ਭੇਡੀ ਦਾ ਕੋਈ ਨੀ ਆ ਮੇਰੇ ਵੱਲ ਦੇ ਛੋੜ। 10,000 ਹੈ ਨਾ, 1,00,000 ਰੁਪਈਆ 50,000 ਕਰਕੇ ਵੰਡ ਲਈ ਸਾਂ। ਚਲੋ ਠੀਕ, ਬੜੀ ਬਿਹਤਰੀਨ ਗੱਲ ਹੈ। ਇਹ ਕੀ ਤਰੀਕੇਕਾਰੀ ਅਸੀਂ ਤੁਹਾਨੂੰ ਪੈਸੇ ਦੇ, ਤੁਸੀਂ ਪੈਸੇ ਦਿਓਗੇ ਤੇ ਅਸੀਂ ਤੁਹਾਨੂੰ ਚਿੱਟ ਬਣਾ ਕੇ ਦੇ ਦਾਂਗੇ, ਬਾਕੀ ਤੁਹਾਡੇ ਪੈਸੇ ਤੁਹਾਡੇ ਤੇ ਪਹੁੰਚ ਜਾਣਗੇ। ਸਿਰਫ ਚਿੱਟ ਬਣਾ ਦੇ ਸੋ? ਹਾਂਜੀ ਫਿਲਹਾਲ ਤੁਹਾਨੂੰ ਫਾਈਲ ਪੈਸੇ ਮੈਂ ਨਾਲ ਤੇ ਨਹੀਂ ਲਈ ਫਿਰਦੀ। ਅੱਛਾ ਅੱਛਾ, ਤੁਹਾਨੂੰ ਪਤਾ ਅੱਜ ਕੱਲ ਦਾ ਦੌਰ ਕਿਸ ਤਰ੍ਹਾਂ ਦਾ, ਹੁਣ ਪੈਸੇ ਤੁਹਾਡੇ ਪਹੁੰਚ ਜਾਣਗੇ ਤੁਹਾਡੇ ਐਡਰੈਸ ਤੇ। ਆ 10,000 ਏ ਚਿੱਟ ਬਣਾ, ਐਡਰੈਸ ਹੀ ਸਾਡਾ ਲਿਖੋ ਨਾ। ਮੈਂ ਤੁਹਾਡਾ ਸਾਰਾ ਨਾਮ ਪਤਾ ਲਿਖ ਲੈਨੀ। ਹਾਂ ਠੀਕ ਹੈ। ਨਾਮ ਤੁਹਾਡਾ? ਜੀ ਮੁਹੰਮਦ ਫਿਆਜ਼। ਮੁਹੰਮਦ ਫਿਆਜ਼। ਵਲਦ? ਬਸ਼ੀਰ ਅਹਿਮਦ। ਬਸ਼ੀਰ ਅਹਿਮਦ। ਐਡਰੈਸ ਦਿਖਾ ਦਿਓ। ਚਾ ਬਿੜਕੀ ਵਾਲਾ। ਹਾਂ ਮੌਜ਼ਾ ਮੱਤੀ ਤਲ। ਅੱਛਾ ਦਾ ਖਾਨ ਜਾ ਲਾਲੇ ਵਾਲਾ। ਕਦੀ ਸੁਣਿਆ ਨਹੀਂ। ਇਹ ਹੁਣ ਸੁਣਦੇ ਰਾਸੋ, ਇਹ ਤੁਹਾਨੂੰ ਸੁਣਨਾ ਪਊ ਸੀ। ਨੰਬਰ ਲਿਖਾ ਦਿਓ। 0345-69-64-454 ਠੀਕ ਹੋ ਗਿਆ। ਨਾਮ? 91-92 ਹੈ। 91-92 ਕਿਸੇ ਗੱਡੀ ਦਾ ਨੰਬਰ ਹੈ? ਨਹੀਂ ਇਹ ਪੁਰਾਣਾ ਮਾਡਲ ਹੈ ਤਾਂ ਪਰ 91-92। ਵਲਦ? 92-93 ਇਹ ਉਸ ਤੋਂ ਪੁਰਾਣਾ ਮਾਡਲ ਹੈ ਤਾਂ ਪਰ। ਐਡਰੈਸ ਲਿਖਾ ਦਿਓ। ਤਹਿਸੀਲ ਟੋਬਾ। ਹਾਂ ਜ਼ਿਲ੍ਹਾ ਖਮਾਲੀਆ। ਤਹਿਸੀਲ ਟੋਬਾ। ਤੂੰ ਹਿੱਲਿਆ ਤੇ ਨਹੀਂ, ਪਾਗਲ ਤੇ ਨਹੀਂ ਤੂੰ? ਹੈ ਮੈਂ ਤਾਂ ਨਾ ਤੂੰ ਰੱਖ ਪੈਸੇ ਆ ਪਲ ਕਟਾਈ। ਤਹਿਸੀਲ ਕਮਾਲੀਆ। ਹੁਣ ਕਮਾਲੀ ਕੀ ਨਸ ਕੇ ਆਏ ਤੇ ਕੀ ਆ ਤੈਨੂੰ? ਬੋਲ ਬੋਲ ਜਾਨਾ। ਇਹ ਦੀ ਆਦਤ ਇਹ ਬਿਲਕੁਲ ਆਪਣੇ ਹੋਸ਼ ਹਵਾਸ਼ ਚ ਕੋਈ ਨਹੀਂ ਰਹਿੰਦਾ। ਇਹ ਤਾਂ ਸਹੀ ਨਹੀਂ, ਤਵਾਜ਼ਨ ਠੀਕ ਕੋਈ ਨਹੀਂ। ਪੈਸੇ ਤੂੰ ਸਲਾਉ ਸਾਡਾ ਐਡਰੈਸ ਲਿਖੋ। ਇੱਕ ਹੋ ਗਈ ਨਾ ਐਡਰੈਸ, ਨੰਬਰ ਲਿਖਾ ਦੇ ਜਲਦੀ। ਹਾਂ 03-0 ਇੰਗਲਿਸ਼ ਮੈਂ ਨਾ ਉਰਦੂ ਚ ਲਿਖਾ ਵੱਡਾ ਆਇਆ। 0 ਅੰਗਰੇਜ਼। 0 3 ਇੰਨੀ ਮੈਂ ਪੜ੍ਹਨੀ ਜਿੰਨੀ ਤੂੰ ਮੈਨੂੰ ਸਮਝ ਰਿਹਾ। 48 ਨੰਬਰ ਹੀ ਕਾ ਬੰਦਾ ਤੇਰਾ, ਦੰਦ ਕੱਢੀ ਜਾ ਰਹੇ ਕੁੜੀ ਵੇਖ ਕੇ। ਲੋਨ ਲੈਣਾ ਜਾਂ ਨਹੀਂ ਲੈਣਾ ਤੂੰ? ਲੈਣਾ ਜੀ, ਕਿਉਂ ਨਹੀਂ ਲੈਣਾ? ਤਾਂ ਬਦਤਮੀਜ਼ੀ ਨਾ ਕਰ, ਨੰਬਰ ਲਿਖਾ ਜਲਦੀ ਨਾਲ। ਤੂੰ ਇੱਥੋਂ ਖਲੋ, ਮੈਂ ਤੈਨੂੰ ਗੱਲ ਨਹੀਂ ਕਰਨੀ ਆਂਦੀ, ਮੇਰੇ ਨਾਲ ਕਰ ਮੈਡਮ ਗੱਲ। ਨੰਬਰ ਲਿਖਾ ਦਾ। 0305 0305 6850 6850 407 ਕਿਲੋ 407 ਮੇਰੇ ਨੰਬਰ ਦਾ ਤੈਨੂੰ ਕਿਵੇਂ ਪਤਾ? ਅੱਛਾ ਤੁਹਾਡਾ ਮੈਂ ਨਾਮ ਵਗੈਰਾ ਲਿਖ ਲਿਆ। ਬੱਲੇ ਬਣਿਆ ਤੇ ਪਤਾ ਕੋਈ ਨਹੀਂ ਨੰਬਰ ਦਾ। ਵਾ ਓ ਹਲੋ, ਐ ਉਲੇ ਪੈਸੇ ਫੜਾਓ। ਉਹ ਦੰਦੇ ਮੈਨੂੰ ਤਕਰੀਬਨ ਸ਼ਾਮ ਤੱਕ ਤੁਹਾਡੇ ਕੋਲ ਪੈਸੇ ਪਹੁੰਚ ਜਾਣਗੇ। ਐਡਰੈਸ ਤੁਹਾਡਾ ਮੈਂ ਲਿਖ ਲਿਆ ਜੀ। ਹਾਂ ਠੀਕ ਹੈ, ਨਾਮ ਨੰਬਰ ਦਾ ਖਾਨਾ ਨਹੀਂ ਭੁੱਲਣਾ, ਜਾ ਲਾਲਾ ਸਾਰਾ ਕੁਝ ਹੋ ਜਾਏਗਾ, ਤੁਹਾਡੇ ਤੱਕ ਸ਼ਾਮ ਨੂੰ ਪੈਸੇ ਪਹੁੰਚ ਜਾਣਗੇ। ਠੀਕ ਹੋ ਗਿਆ। ਠੀਕ ਹੈ, ਇਹ ਪੈਸੇ ਵਾਪਸ ਦੇਣ ਦੇ ਪਏ? ਇਹ ਵਾਪਸ ਨਹੀਂ ਦੇ ਰਹੇ,
चलो ठीक है ठीक है, बड़ी मेहरबानी मेहरबानी शुक्रिया। बावर्चे खाना नहीं खोल के रखा तो होम डिलीवरी पहुंचाइए। ओ मेरा भरा असि 10,000 का 1,00,000 रुपया बना के दिने। हां जी लोन चाहिए तो साड़ी कंपनी का दफ्तर जोड़ा है ना जना टाउन दे वेचे उत पहुंच जाना जी भाई जान। ओके लाफे। हेलो मैडम, लोग आ जाते ने पता नहीं, इन्होंने तो मेरा सिर खा लिया सी। अस्सलाम वालेकुम। वालेकुम सलाम। ए की फोन ते आखदे पए तुसी? बत्ती देती एड्रेस जिथे घर है तहसील वगैरा सारा लिखाओ। तहसील अहमदपुर सियाल। अहमदपुर सियाल। जिला जंग। जिला जंग। नंबर लिखा दे अपना। नंबर 03 03 00 00 597 03 अच्छा 597 514 ये तू अपना नंबर लिखा रहे मैं पैसे गलती ना किधरे होर चले जाने न। मेरी अपने नंबर लिखो। हां हां समझदारी ना लिखो। हां लिखाओ। 03 03 597 597 514 514 ए होई ना गल। हेलो ए जी पैसे बड़ी मेहनत नाल मैं कमा के ले आया। मेहनत कीती है? आहो। अच्छा वैसे मेनू भी पता चला तू केड़ी मेहनत करदा। अबे कोल मंगन देना नहीं सी चोरी ओदे बटुए च काट के ले आया। हे बड़ी मेहनत नाल वैसे चोरी नहीं करनी चाहिदी। अच्छा ए जदों 1,00,000 रुपया सुनेगा बड़ा खुश होएगा। हां ए तो गल है। फिर ए तुसी लेके जाने ते 1,00,000 रुपया कदों आएगा मेरे कोल? 1,00,000 रुपया शाम नु पहुंच जाएगा पक्का। ते पॉली काट दे हुण। यार लोग की पागल हुंदे ने। कट्टा वेचना कट्टा हुण वेच छोड़ना। माजी ने मिल रही ए वेच छोड़नी गां खली रहे ए ठीक है। दिल दिता सी मैं तेनू धोखा दिता है तू मैं सारा माल बेच के गड्डी लेंदा करोला सुकून दा वेच जूटांगा ना पट्ठे करने पौसन तेरा माल दी करनी पौसन आराम दा सुकून दा रहसा। जलील हो गया पट्ठे कर करते। जी सर जी आवाज क्यों आ रही? हाँ जी सर आवाज नहीं आ रही। एयरपोर्ट से आप कॉल कर रहे हो? हाँ जी सर फाइल रेडी है। सर जी ओ जिन्होंने 10,000 दिता है उन्हों का 1,00,000 रुपया शाम नू उन्हों दे घर पहुंचाना है। हाँ जी नहीं मैं तकरीबन तुसी 5,00,000 रुपया रेडी रखना ठीक है शाम नू पहुंचाना है उन्हों दे घर। हाँ 10,000 मैं ले लिया। जी सर ओके सर की चक्कर है अल्लाह अस्सलाम
ਅਸਲਾਮੁਅਲੈਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਹੈ? ਹਾਂਜੀ ਠੀਕ ਠੀਕ ਠਾਕ ਹੋ ਜੀ? ਕੀ ਕਹਿ ਰਹੇ ਹੋ ਤੁਸੀਂ? ਅਸੀਂ ਅਸੀਂ ਇਹ ਗੱਲ ਕਰ ਰਹੇ ਸੀ ਕਿ ਅਸੀਂ ਲੋਨ ਦੇ ਰਹੇ ਹਾਂ। ਅੱਛਾ, ਤੁਸੀਂ ਲੋਨ ਦੇ ਰਹੇ ਹੋ? ਹਾਂਜੀ। 10,000 ਦਾ 1,00,000 ਰੁਪਇਆ ਤੇ 1,00,000 ਦਾ 5,00,000 ਰੁਪਇਆ। ਵਾਹ। ਹਾਂਜੀ, 1,00,000 ਰੁਪਇਆ। ਓਏ, ਮੈਂ ਆਪਣੇ ਬੌਸ ਨਾਲ ਗੱਲ ਕਰ ਰਹੀ ਸੀ, ਏਅਰਪੋਰਟ ਸਾਹਿਬ ਨਾਲ, ਕਿ ਫਾਈਲ ਰੈਡੀ ਕਰ ਲਈਏ ਮੈਂ ਤੇ ਤੁਸੀਂ 5,00,000 ਰੁਪਇਆ ਜਿਨ੍ਹਾਂ ਕੋਲ ਮੈਂ ਲੈ ਕੇ ਆਈ ਹਾਂ ਨਾ 10,000, ਉਹਨਾਂ ਦੇ ਸ਼ਾਮ ਨੂੰ ਉਹਨਾਂ ਦੇ ਘਰ ਪਹੁੰਚਾਉਣਾ। ਮੈਂ ਵੀ ਚੌਧਰੀ ਹਾਂ, 1,00,000 ਰੁਪਇਆ ਦੇ ਕੇ 5,00,000 ਲੈ ਲੈਂਦੇ ਹਾਂ। ਅੱਛਾ ਜੀ, ਤੁਸੀਂ ਕੁਛ ਕਿਹਾ? ਨਹੀਂ ਨਹੀਂ, ਕੁਛ ਵੀ ਨਹੀਂ। ਅੱਛਾ, ਹਾਂ ਤੇ ਕੁਛ ਵੀ ਨਹੀਂ, ਅਸੀਂ 1,00,000 ਰੁਪਇਆ ਦੇਈਏ ਤੇ 5,00,000 ਮਿਲੇਗਾ? ਹਾਂ, 1,00,000 ਰੁਪਇਆ ਦੇਓਗੇ ਤਾਂ 5,00,000, ਆਫ ਕੋਰਸ, ਸਾਫ ਸਾਫ ਗੱਲ ਹੈ। 5,00,000 ਮਿਲ ਸੀ ਪਰਾਡੋ ਲੈ ਕੇ ਝੂਟਾਂਗਾ। ਅੱਛਾ ਠੀਕ ਹੈ ਜੀ, ਤੁਸੀਂ ਮੇਰੇ ਨਾਲ ਚੱਲੋ ਘਰ ਮੇਰੇ, ਮੈਂ ਤੁਹਾਨੂੰ ਇੱਥੋਂ 1,00,000 ਰੁਪਇਆ ਚਾਹ ਤੇ ਦੇ। ਤੁਸੀਂ 1,00,000 ਰੁਪਇਆ ਭਰ ਲੋਗੇ? ਤੁਸੀਂ ਕੀ ਸਮਝਿਆ ਸਾਨੂੰ? ਤੁਹਾਡਾ ਹੁਲੀਆ ਤਾਂ ਨਹੀਂ ਮੈਨੂੰ ਲੱਗਦਾ। ਚੌਧਰੀ ਚੌਧਰੀ ਅਸੀਂ ਚੌਧਰੀ ਹੋ? ਹਾਂਜੀ। ਫਿਰ ਤਾਂ ਤੁਸੀਂ 1,00,000 ਰੁਪਇਆ ਭਰ ਲੋਗੇ? ਹਾਂ, 1,00,000 ਰੁਪਇਆ ਤੁਹਾਡੇ ਵਾਸਤੇ ਇੰਨੀ ਗੱਲ ਤਾਂ ਨਹੀਂ ਹੋਣੀ, ਮਾਮੂਲੀ ਜਿਹਾ ਕੇਸ ਹੈ। ਹਾਂ, ਮਾਮੂਲੀ ਜਿਹਾ ਕੇਸ ਹੈ। ਚਲੋ ਫਿਰ ਮੈਨੂੰ 1,00,000 ਰੁਪਇਆ। ਅੱਛਾ, ਪਹਿਲਾਂ ਮੈਨੂੰ ਆਪਣਾ ਨਾਮ ਵਗੈਰਾ ਤਾਂ ਲਿਖਾ ਦਿਓ। ਲਿਖੋ। ਹਾਂ, ਲੱਖ ਰੁਪਇਆ ਦਿਓ, ਸ਼ਾਮ ਨੂੰ ਤੁਹਾਡੇ ਕੋਲ ਪਹੁੰਚ ਜਾਣਗੇ ਬਾਕੀ ਦੇ ਪੈਸੇ। ਨਾਮ? ਕਾਕਾ ਚੌਧਰੀ। ਕਾਕਾ ਚੌਧਰੀ, ਵਾਹ। ਅੱਛਾ, ਹਾਂ, ਇਹ ਕਾਕਾ ਮੇਰੇ ਖਿਆਲ ਹੈ ਤੇਰੇ ਕਦ ਨੂੰ ਵੇਖ ਕੇ ਉਹਨਾਂ ਨੇ ਤੇਰਾ ਨਾਂ ਰੱਖਿਆ ਕਾਕਾ। ਕਾਕਾ ਚੌਧਰੀ ਚੌਧਰੀ, ਹਾਂ ਹਾਂ। ਫਿਰ ਅੱਗੇ ਵਲਦ? ਵਲਦ ਨਿੱਕਾ ਚੌਧਰੀ। ਤੇਰਾ ਅੱਬਾ ਤੇਰੇ ਤੋਂ ਵੀ ਨਿੱਕਾ? ਮੈਂ ਕਾਕਾ ਤੇ ਵਲਦ ਨਿੱਕਾ। ਅੱਛਾ, ਫਿਰ ਐਡਰੈਸ? ਉਹ ਐਡਰੈਸ ਮੈਂ ਕਰਦਾ ਤੁਹਾਡਾ, ਵੇਖ ਹੀ ਲਿਆ। ਨੰਬਰ ਲਿਖਾ ਦਿਓ ਆਪਣਾ, ਪਰ ਨੰਬਰ ਦੀ ਵੀ ਜ਼ਰੂਰਤ ਨਹੀਂ ਮੇਰੇ ਖਿਆਲ 'ਚ। ਅੱਛਾ, ਹਾਂ, ਮੈਂ ਖੁਦ ਆ ਕੇ ਦੇ ਜਾਂਗੀ ਤੁਹਾਨੂੰ ਸ਼ਾਮ। ਠੀਕ ਹੋ ਗਏ, ਠੀਕ ਹੈ, ਮਿਹਰਬਾਨੀ ਮਿਹਰਬਾਨੀ। ਕੁੜੀ ਤਾਂ ਸੋਹਣੀ। ਚਲੋ ਪੈਸੇ ਦਿਓ, ਚਲੋ ਘਰ ਚਲਦੇ ਆ, ਉੱਥੇ ਤੁਹਾਨੂੰ ਚਾਹ ਸ਼ਾਹ ਪੀ। ਮੈਂ ਚਾਹ ਚੂ ਨਹੀਂ ਪੀਣੀ ਚੌਧਰੀ ਸਾਹਿਬ, ਤੁਹਾਡੀ ਮਿਹਰਬਾਨੀ, 1,00,000 ਰੁਪਇਆ ਦਿਓ ਤੇ ਮੈਂ ਜਾਵਾਂ। ਤੁਹਾਨੂੰ ਘਰੋਂ ਚੱਕ ਕੇ ਦੇਂਦਾ? ਹਾਂ, ਚਲੋ ਆ ਜਾਓ। ਤੁਹਾਡਾ ਘਰ ਉਹ ਨਹੀਂ? ਹਾਂ ਹਾਂ, ਉਹੀ ਹੈ। ਤੂੰ ਦੇ ਹੋ ਗਿਆ ਪੈਸੇ ਦਿੱਤੇ ਆਣ ਦਾ 1,000 ਰੁਪਇਆ, ਯਾਰ ਕਿਧਰ ਆ ਗਿਆ ਤੂੰ? ਬੜਾ ਮੈਂ ਤੈਨੂੰ ਗੁਲੇਂਦਾ ਵਾ, ਕਲੋ ਕੀ ਕੋਈ ਸਮਝ ਨਹੀਂ ਆਉਂਦੀ ਭਾਈ, ਪੈਸੇ ਆਉਣੇ ਆ, ਪੈਸੇ ਨਹੀਂ ਆਉਂਦੇ ਪਾ, ਕਿਹਦੇ ਕੋਈ ਤੂੰ ਭੱਲਿਆਂ ਤਾਂ ਨਹੀਂ ਲੈ ਲੈ ਯਾਰ, ਕਮਾਲ ਕਰਨਾ ਯਾਰ, ਕੱਲਿਆਂ ਲਾ ਲੈਣ ਦੂ, ਮੈਂ ਬੜਾ ਜ਼ਿਆਦਾ ਪਰੇਸ਼ਾਨ ਆ, 10,000 ਰੁਪਇਆ ਦਿੱਤਾ ਫਜ਼ੂਲ, ਨਾ ਪੁੱਛ ਨਾ ਦੱਸ। ਮੈਂ ਤੈਨੂੰ ਰੋਕਿਆ ਨਹੀਂ ਉਸ ਲਈ, ਮੈਨੂੰ ਤਾਂ ਕੋਈ ਮਸਲਾ ਮੈਨੂੰ ਮਾਲੂਮ ਹੋਣ ਤਾਂ ਸ਼ੱਕ ਪੰਪ ਦਾ ਖਲਾਈ ਉਸ ਲਈ। ਯਾਰ ਮੈਂ 1,00,000 ਰੁਪਏ ਦੇ ਲਾਲਚ ਚ ਆ ਗਿਆ ਸੀ ਯਾਰ, 10,000 ਰੁਪਏ ਉਹ ਮੈਂ ਲਈ ਵਾ। ਤੂੰ ਵੀ ਸਾਰੀ ਜ਼ਿੰਦਗੀ ਇਹ ਰਮਣਾ, ਤੂੰ ਬੋਲੋ ਤੂੰ ਆ ਮੇਰੇ ਪਾਸ ਖਲਾ, ਤੂੰ ਮੈਨੂੰ ਸਮਝਾ ਸਕਦਾ ਕਿਉਂ ਨਹੀਂ ਸਮਝਾਇਆ? ਸਮਝਾ, ਮੈਂ ਤੈਨੂੰ ਰੁਕੇ ਦਾ ਨਾਮ ਪੀਆ ਮੈਂ ਨਾ ਦੇ, ਮੇਰੇ ਪਾਸ ਚੰਗਾ ਵੰਡਾ ਨਹੀਂ ਯਾਰ, ਤੂੰ ਖਲਾ ਰਿਹਾ ਹੁਣ ਮੇਰੇ ਪਾਸ ਪੇਟ ਬੈਠਾ, ਮੈਂ ਪੈਂਦਾ ਪੀਆ। ਬੜੀ ਵੱਡੀ ਗਲਤੀ ਹੋ ਗਈ। ਓਏ ਹੋਏ, ਮੇਰੇ ਪੈਸੇ ਨਹੀਂ ਆਏ,
ਲੋਟ ਤੇ ਲਾ ਗਏ ਮੇਰਾ ਖਿਆਲ ਹੈ ਮੈਨੂੰ ਮੈਂ ਇੱਥੋਂ ਲਾ ਕੇ ਤਾਂ ਚੌਧਰੀ ਅੰਬ ਪਿਆ ਤੇ ਮੈਨੂੰ ਚੂਨਾ ਲਾ ਗਈ ਹੈ ਭਾਈ ਮੈਂ ਲੋਕਾਂ ਦੀਆਂ ਭਰੇ ਜਾ ਕੇ ਬੰਦਾ ਸੀ ਮੇਰਾ ਲੱਖ ਰੁਪਈਆ ਲਾ ਕੇ ਵਗ ਗਈ ਹੈ ਮੈਂ ਪਰਾਡੋ ਲਵੜੀ ਆਈ ਪੈਸਾ ਪੈਸਾ ਕਰਨੀ ਹੈ ਤੂੰ ਪੈਸੇ ਤੇ ਕਿਉਂ ਮਰਨੀ ਹੈ ਹੈ ਆਏ ਪੈਸੇ 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 ਬਾਕੀ ਦੇ ਕਿੱਥੇ ਉਹ ਵਿੱਚ ਫੇਰਦੇ ਨੇ ਐਵੇਂ ਤਾਂ ਨਹੀਂ ਤੂੰ ਬਣੀ ਅਨਮ 420 ਤੈਨੂੰ ਵੀ ਬਹੁਤ ਮਿਹਨਤ ਕਰਨੀ ਪਈ ਹੈ ਹਾਏ ਚਲੋ ਕੋਈ ਫਾਇਦਾ ਹੀ ਹੋ ਗਿਆ ਵੈਸੇ ਮੈਂ ਕੋਈ ਗਲਤ ਤਾਂ ਨਹੀਂ ਕੀਤਾ ਏਅਰਪੋਰਟ ਸਾਹਿਬ ਦੇ ਨਕਸ਼ੇ ਕਦਮ ਤੇ ਚੱਲਣ ਵਾਸਤੇ ਇੰਨਾ ਤਾਂ ਕਰਨਾ ਹੀ ਪੈਣਾ ਸੀ ਮੈਨੂੰ ਲੇਕਿਨ ਉਹਨਾਂ ਮੈਨੂੰ ਤੇ ਸੋਚਣਾ ਚਾਹੀਦਾ ਹੈ ਲਾਲਚ ਬੁਰੀ ਬੁਲਾਇਆ ਵੱਡੇ ਆਏ 10,000 ਦਾ ਲੱਖ ਰੁਪਈਆ ਲੈਣਗੇ ਲੈ ਲੈਣ ਹੁਣ ਲੱਖ ਰੁਪਈਆ 10,000 ਦਾ